ਤਾਂ ਦੱਸਦੇ ਕਿ ਵੱਡੀ ਖਬਰ ਆ ਰਹੀ ਆ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਪੰਜਵੀਂ ਕਲਾਸ ਦੇ ਨਤੀਜੇ ਐਲਾਨ ਦਿੱਤੇ ਨੇ। ਤਾਂ 15 ਮਾਰਚ ਨੂੰ ਤੁਹਾਨੂੰ ਦੱਸ ਦਈਏ ਕਿ ਪੰਜਵੀਂ ਕਲਾਸ ਦੇ ਬੱਚਿਆਂ ਦੇ ਪੇਪਰ ਖਤਮ ਹੋਏ ਸੀ, ਤਾਂ 16 ਦਿਨਾਂ ਦੇ ਵਿੱਚ ਹੀ ਬੋਰਡ ਦੇ ਵੱਲੋਂ ਇਹਨਾਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਯਾਨੀ ਕਿ 2023-24 ਦੇ ਵਿੱਚ 3,06,431 ਬੱਚਿਆਂ ਨੇ ਪੇਪਰ ਦਿੱਤਾ ਸੀ, ਤਾਂ ਜਿਸ ਦੇ ਵਿੱਚੋਂ 3,05,937 ਬੱਚੇ ਪਾਸ ਹੋਏ ਨੇ। ਤਾਂ ਦੱਸਦੇ ਕਿ ਇਸ ਵਾਰ ਪਾਸ ਪ੍ਰਤੀਸ਼ਤ 99.84% ਰਿਹਾ, ਤਾਂ ਇਸ ਸਾਲ ਬੱਚਿਆਂ ਦੇ ਨਤੀਜੇ ਕਾਫੀ ਵਧੀਆ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਦੇ ਵਿੱਚ ਪਾਸ ਨਹੀਂ ਹੋ ਸਕੇ, ਤਾਂ ਉਹਨਾਂ ਦੀ ਸਪਲੀਮੈਂਟਰੀ ਪ੍ਰੀਖਿਆ ਵੀ ਮਹੀਨੇ ਤੱਕ ਫਿਰ ਤੋਂ ਹੋਵੇਗੀ, ਜਿਸਦੇ ਲਈ ਸੰਬੰਧਿਤ ਵਿਦਿਆਰਥੀ ਵੱਖਰੇ ਤੌਰ 'ਤੇ ਫਾਰਮ ਭਰਨਗੇ, ਅਤੇ ਇਸ ਦੀ ਤਰੀਕ ਵੀ ਵੱਖਰੇ ਤੌਰ 'ਤੇ ਸਕੂਲ ਲੌਗਇਨ ਅਤੇ ਅਖਬਾਰ ਰਾਹੀਂ ਸੂਚਿਤ ਕੀਤੀ ਜਾਵੇਗੀ। ਤਾਂ ਇਸ ਸੰਬੰਧੀ ਇੱਕ ਸਵਾਲ ਵੀ ਉੱਠਦਾ ਹੈ ਕਿ ਉਹ ਬੱਚੇ 6ਵੀਂ ਕਲਾਸ ਦੇ ਵਿੱਚ ਦਾਖਲਾ ਲੈ ਸਕਦੇ ਨੇ ਜਾਂ ਫਿਰ ਨਹੀਂ। ਤਾਂ ਦੱਸ ਦਈਏ ਕਿ ਬੱਚੇ ਦਾਖਲਾ ਲੈ ਸਕਦੇ ਨੇ। ਤਾਂ ਜਿਹੜੇ ਵਿਦਿਆਰਥੀ ਸਪਲੀਮੈਂਟਰੀ ਪ੍ਰੀਖਿਆ ਦੇ ਵਿੱਚ ਪਾਸ ਹੋ ਜਾਣਗੇ, ਇਹਨਾਂ ਵਿਦਿਆਰਥੀਆਂ ਦਾ ਨਤੀਜਾ ਪ੍ਰਮੋਟਡ, ਅਤੇ ਜਿਹੜੇ ਵਿਦਿਆਰਥੀ ਸਪਲੀਮੈਂਟਰੀ ਪ੍ਰੀਖਿਆ ਦੇ ਵਿੱਚ ਪਾਸ ਨਹੀਂ ਹੋਣਗੇ, ਉਹਨਾਂ ਦਾ ਨਤੀਜਾ ਨੋਟ ਪ੍ਰਮੋਟਡ ਘੋਸ਼ਿਤ ਕੀਤਾ ਜਾਵੇਗਾ, ਭਾਵ ਉਹ ਦੁਬਾਰਾ 5ਵੀਂ ਸ਼੍ਰੇਣੀ ਦੇ ਵਿੱਚ ਹੀ ਦਾਖਲੇ ਦੇ ਯੋਗ ਹੋਣਗੇ। ਤਾਂ ਦੱਸਦੇ ਕਿ ਵਿਦਿਆਰਥੀ ਆਪਣਾ ਨਤੀਜਾ 2 ਅਪ੍ਰੈਲ ਯਾਨੀ ਕਿ ਕੱਲ੍ਹ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ www.psceb.ac.in ਅਤੇ www.indiaresult.com ਤੇ ਆਪਣੇ ਰਿਜ਼ਲਟ ਵੇਖ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ ਵੈਬਸਾਈਟ ਦੁਬਾਰਾ ਦੱਸ ਦਿੰਦੇ ਹਾਂ, www.psceb.ac.in ਅਤੇ www.indiaresult.com ਤੇ ਤੁਸੀਂ ਆਪਣੇ ਬੱਚਿਆਂ ਦੇ ਨਤੀਜੇ ਵੇਖ ਸਕਦੇ ਹੋ ਕਿ ਕਿੰਨੇ ਉਹਨਾਂ ਦੇ ਨੰਬਰ ਆਏ ਨੇ। ਤਾਂ ਦੱਸਦੇ ਕਿ ਵੱਡੀ ਖਬਰ ਆ ਰਹੀ ਆ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 5ਵੀਂ ਕਲਾਸ ਦੇ ਨਤੀਜੇ ਐਲਾਨ ਦਿੱਤੇ ਨੇ। ਤਾਂ 15 ਮਾਰਚ ਨੂੰ ਤੁਹਾਨੂੰ ਦੱਸ ਦਈਏ ਕਿ 5ਵੀਂ ਕਲਾਸ ਦੇ ਬੱਚਿਆਂ ਦੇ ਪੇਪਰ ਖਤਮ ਹੋਏ ਸੀ, ਤਾਂ 16 ਦਿਨਾਂ ਦੇ ਵਿੱਚ ਹੀ ਬੋਰਡ ਦੇ ਵੱਲੋਂ ਇਹਨਾਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਯਾਨੀ ਕਿ 2023-24 ਦੇ ਵਿੱਚ 3,06,431 ਬੱਚਿਆਂ ਨੇ ਪੇਪਰ ਦਿੱਤਾ ਸੀ, ਤਾਂ ਜਿਸ ਦੇ ਵਿੱਚੋਂ 3,05,937 ਬੱਚੇ ਪਾਸ ਹੋਏ ਨੇ। ਤਾਂ ਦੱਸਦੇ ਕਿ ਇਸ ਵਾਰ ਪਾਸ ਪ੍ਰਤੀਸ਼ਤ 99.84% ਰਿਹਾ, ਤਾਂ ਇਸ ਸਾਲ ਬੱਚਿਆਂ ਦੇ ਨਤੀਜੇ ਕਾਫੀ ਵਧੀਆ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਦੇ ਵਿੱਚ ਪਾਸ ਨਹੀਂ ਹੋ ਸਕੇ, ਤਾਂ ਉਹਨਾਂ ਦੀ ਸਪਲੀਮੈਂਟਰੀ ਪ੍ਰੀਖਿਆ ਵੀ ਮਹੀਨੇ ਤੱਕ ਫਿਰ ਤੋਂ ਹੋਵੇਗੀ, ਜਿਸਦੇ ਲਈ ਸੰਬੰਧਿਤ ਵਿਦਿਆਰਥੀ ਵੱਖਰੇ ਤੌਰ 'ਤੇ ਫਾਰਮ ਭਰਨਗੇ, ਅਤੇ ਇਸ ਦੀ ਤਰੀਕ ਵੀ ਵੱਖਰੇ ਤੌਰ 'ਤੇ ਸਕੂਲ ਲੌਗਇਨ ਅਤੇ ਅਖਬਾਰ ਰਾਹੀਂ ਸੂਚਿਤ ਕੀਤੀ ਜਾਵੇਗੀ। ਤਾਂ ਇਸ ਸੰਬੰਧੀ ਇੱਕ ਸਵਾਲ ਵੀ ਉੱਠਦਾ ਹੈ ਕਿ ਉਹ ਬੱਚੇ 6ਵੀਂ ਕਲਾਸ ਦੇ ਵਿੱਚ ਦਾਖਲਾ ਲੈ ਸਕਦੇ ਨੇ ਜਾਂ ਫਿਰ ਨਹੀਂ। ਤਾਂ ਦੱਸ ਦਈਏ ਕਿ ਬੱਚੇ ਦਾਖਲਾ ਲੈ ਸਕਦੇ ਨੇ। ਤਾਂ ਜਿਹੜੇ ਵਿਦਿਆਰਥੀ ਸਪਲੀਮੈਂਟਰੀ ਪ੍ਰੀਖਿਆ ਦੇ ਵਿੱਚ ਪਾਸ ਹੋ ਜਾਣਗੇ, ਇਹਨਾਂ ਵਿਦਿਆਰਥੀਆਂ ਦਾ ਨਤੀਜਾ ਪ੍ਰਮੋਟਡ, ਅਤੇ ਜਿਹੜੇ ਵਿਦਿਆਰਥੀ ਸਪਲੀਮੈਂਟਰੀ ਪ੍ਰੀਖਿਆ ਦੇ ਵਿੱਚ ਪਾਸ ਨਹੀਂ ਹੋਣਗੇ, ਉਹਨਾਂ ਦਾ ਨਤੀਜਾ ਨੋਟ ਪ੍ਰਮੋਟਡ ਘੋਸ਼ਿਤ ਕੀਤਾ ਜਾਵੇਗਾ, ਭਾਵ ਉਹ ਦੁਬਾਰਾ 5ਵੀਂ ਸ਼੍ਰੇਣੀ ਦੇ ਵਿੱਚ ਹੀ ਦਾਖਲੇ ਦੇ ਯੋਗ ਹੋਣਗੇ। ਤਾਂ ਦੱਸਦੇ ਕਿ ਵਿਦਿਆਰਥੀ ਆਪਣਾ ਨਤੀਜਾ 2 ਅਪ੍ਰੈਲ ਯਾਨੀ ਕਿ ਕੱਲ੍ਹ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ www.psceb.ac.in ਅਤੇ www.indiaresult.com ਤੇ ਆਪਣੇ ਰਿਜ਼ਲਟ ਵੇਖ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ ਵੈਬਸਾਈਟ ਦੁਬਾਰਾ ਦੱਸ ਦਿੰਦੇ ਹਾਂ,
psbb.ac.in ਅਤੇ www.indiaresult.com ਤੇ ਤੁਸੀਂ ਆਪਣੇ ਬੱਚਿਆਂ ਦੇ ਨਤੀਜੇ ਵੇਖ ਸਕਦੇ ਹੋ ਕਿ ਕਿੰਨੇ ਉਹਨਾਂ ਦੇ ਨੰਬਰ ਆਏ ਨੇ।